खुद की वाणी आई। वाहिगुरु जी का खालसा, वाहिगुरु जी की फतेह। धुर की बाणी दे अज दे एपीसोड विच असी जिस राग उत्ते चर्चा कर रहे हाँ उस राग दा नाम है राग बिलावल। श्री गुरु ग्रंथ साहब जी की रागात्मक तरतीब विच राग बिलावल 16वें स्थान ते आउंदा है। राग बिलावल भारतीय संगीत दा एक बहुत पुरातन मधुर अते लोकप्रिय राग है। राग बिलावल नू भारतीय संगीतकारा अनुसार विलावली, बिलावली अते विलावली दे नाम नाल भी जाणिया जांदा है। राग बिलावल शुद्ध स्वरां दा राग है, भाव इस विच सारे स्वर शुद्ध लगदे हन। इस राग दी जाति संपूर्ण है, भाव संपूर्ण सत स्वरां दा प्रयोग हुंदा है। इस राग दा गायन समा दिन दा दूसरा पहर है। राग बिलावल दा वादी स्वर धैवत है अते संवादी स्वर गंधार है। अते आओ हुण असी इस राग दा आरोह अते अवरोह गायन करिए। राग बिलावल दा आरोह इस प्रकार है। सा रे गा मा पा धारी सा। राग बिलावल दा अवरोह सा नी गा पा मा गा रे सा। अते आओ हुण असी राग बिलावल विच एक शब्द रचना गायन करिए। करनाद बिलावल राग, करनाद बिलावल राग, हर उत्तम हर प्रभ गावेया, हर उत्तम हर प्रभ गावेया। करनाद बिलावल राग, करनाद बिलावल राग। उपदेश गुरु सुन मनिया, उपदेश गुरु सुन मनिया, तुर मस्तक पूरा सब दिन सरैण गुण उचरे। सब दिन सरैण गुण उचरे, हर 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 उर लेव लाग। करनाद बिलावल राग, करनाद बिलावल राग, हर उत्तम हर प्रभ गावेया, हर उत्तम।
ਪ੍ਰਭ ਅਤੇ ਆਓ ਹੁਣ ਰਾਗ ਬਿਲਾਵਲ ਉੱਤੇ ਆਧਾਰਿਤ ਇੱਕ ਸ਼ਬਦ ਰਚਨਾ ਸਰਵਣ ਕਰੀਏ ਜੀ ਰਾਗ ਬਿਲਾਵਲ ਮਹਲਾ ਸਤਿ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਪਿਆਰੀ ਮਹਾਨ ਸਾਧ ਸੰਗਤ ਜੀ, ਆਪ ਸਭ ਤੁਰਕੀ ਬਾਣੀ ਦੇ ਇਸ ਮਹਾਨ ਪ੍ਰੋਗਰਾਮ ਦੇ ਅਧੀਨ ਸਤਿਗੁਰੂ ਜੀ ਦੀ ਮਹਾਨ ਗੁਰਬਾਣੀ ਨੂੰ ਰਾਗਾਂ 'ਤੇ ਨਿਰਧਾਰਿਤ ਦੇ ਰੂਪ ਵਿੱਚ, ਰਾਗਾਂ ਨੂੰ ਨਿਰਧਾਰਨ ਕਰਕੇ ਗਾਇਨ ਕਰਨ ਦੇ ਰੂਪ ਵਿੱਚ ਸਰਵਣ ਕਰ ਰਹੇ ਹੋ। ਇਹ ਸ਼ਬਦ ਬਿਲਾਵਲ ਰਾਗ ਦੇ ਅੰਦਰ ਸ਼ੋਭਾਇਮਾਨ ਹੈ, ਸੁਸ਼ੋਭਿਤ ਹੈ। ਗੁਰੂ ਅਰਜਨ ਦੇਵ ਪਿਤਾ ਜੀ ਦੀ ਮਹਾਨ ਕਾਇਆ, ਗੁਰੂ ਅਰਜਨ ਦੇਵ ਪਿਤਾ ਜੀ ਦੀ ਮਹਾਨ ਸੁਰਤ ਬਿਰਤ, ਗੁਰੂ ਅਰਜਨ ਦੇਵ ਪਿਤਾ ਜੀ ਦੇ ਮਹਾਨ ਮੁਖਾਰਬਿੰਦ ਤੋਂ ਇਹ ਪਵਿੱਤਰ ਕਲਾਮ ਇਸ ਸੰਸਾਰ ਵਿੱਚ ਪ੍ਰਗਟ ਹੋਏ ਨੇ। ਸਤਿਗੁਰੂ ਜੀ ਨੇ ਇਸ ਇਲਹਾਮ ਦੇ ਅੰਦਰ, ਇਸ ਇਲਾਹੀ ਫੁਰਮਾਨ ਦੇ ਅੰਦਰ ਜੋ ਰਹਿਮਤ ਕੀਤੀ ਹੈ, ਉਹ ਬਾ ਕਮਾਲ ਹੈ। ਸਤਿਗੁਰੂ ਜੀ ਨੇ ਸ਼ਬਦ ਵਰਤਿਆ ਹੈ ਆਤਮਕ ਪ੍ਰੇਰਣਾ ਦੇ ਲਈ, ਆਤਮਕ ਅਨੁਭੂਤੀਆਂ ਦੇ ਲਈ। ਜੋ ਕੇਂਦਰ ਬਿੰਦੂ ਹੈ, ਜੋ ਮੁੱਖ ਭਾਵਨਾ ਹੈ, ਜੋ ਮੁੱਖ ਭਾਵ ਹੈ, ਉਹ ਰਹਾਉ ਦੇ ਪਦ ਵਿੱਚ ਸਤਿਗੁਰੂ ਜੀ ਰਹਿਮਤ ਕਰਦੇ ਨੇ। ਈ ਗਹਿ ਨਿਰਗੁਣ ਊ ਗਹਿ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ। ਸਤਿਗੁਰੂ ਜੀ ਨੇ ਇੱਕ ਬੜੀ ਬਖਸ਼ਿਸ਼ ਕੀਤੀ ਕਿ ਕੇਲ ਕਰਤ ਵਿੱਚ ਸੁਆਮੀ ਮੇਰਾ। ਕੇਲ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ, ਕੇਲ ਸ਼ਬਦ ਆਇਆ ਹੈ ਤਮਾਸ਼ੇ ਦੇ ਲਈ। ਕੇਲ ਕੋ ਰਿਲੇਟ ਕਰਦਾ ਹੈ ਜਗਤ ਦੇ ਵਿੱਚ ਹੋ ਰਹੇ ਤਮਾਸ਼ੇ ਨੂੰ। ਸਤਿਗੁਰੂ ਜੀ ਆਖਦੇ ਨੇ ਹੋਰ ਕੋਈ ਨਹੀਂ ਹੈ ਇਸ ਸੰਸਾਰ ਵਿੱਚ। ਗੁਰੂ ਅਰਜਨ ਦੇਵ ਪਿਤਾ ਜੀ ਆਖਦੇ ਨੇ, ਕਹਿੰਦੇ ਜਗਤ ਤਮਾਸ਼ਾ ਮੇਰੇ ਪਰਮਾਤਮਾ ਨੇ ਬਣਾਇਆ ਹੋਇਆ। ਕੇਲ ਕਰਤ ਵਿੱਚ ਸੁਆਮੀ ਮੇਰਾ, ਸਾਰੇ ਸੰਸਾਰ ਦੇ ਵਿੱਚ ਤਮਾਸ਼ਾ ਕਰਨ ਵਾਲਾ ਪਰਮਾਤਮਾ ਖੁਦ ਆਪ ਹੈ। ਔਰ ਇਹਦੀ ਸੰਗਿਆ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਦਿੱਤੀ ਹੈ। ਗੁਰੂ ਪਾਤਸ਼ਾਹ ਜੀ ਆਖਦੇ ਨੇ, ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ। ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਇਹੀ ਮਹਾਨ ਵਚਨ, ਕੇਲ ਕਰਤ ਵਿੱਚ ਸੁਆਮੀ ਮੇਰਾ, ਕਿ ਸਾਰੇ ਸੰਸਾਰ ਦੇ ਵਿੱਚ ਖੇਡ ਖੇਡਣ ਵਾਲਾ ਆਪ ਖੁਦ ਮੇਰਾ ਪਰਮਾਤਮਾ ਹੈ। ਔਰ ਸਤਿਗੁਰੂ ਜੀ ਪਰਮਾਤਮਾ ਦੇ ਇਸ ਜਗਤ ਤਮਾਸ਼ੇ ਦੇ ਉੱਪਰ ਇਤਨੇ ਫਿਦਾ ਨੇ, ਇਤਨੇ ਕੁਰਬਾਨ ਜਾਂਦੇ ਨੇ, ਇਤਨੇ ਵਾਰੀ ਵਾਰੀ ਇਤਨੇ ਬਲਿਹਾਰ ਜਾਂਦੇ ਨੇ। ਉਹ ਆਖਦੇ ਨੇ, ਵਾਹਿਗੁਰੂ ਜੀ ਤੁਹਾਡੇ ਇਹ ਚੋਜ ਦੇਖ ਕੇ, ਤੁਹਾਡੇ ਤਮਾਸ਼ੇ ਵੇਖ ਕੇ ਮੇਰੇ ਹਿਰਦੇ ਵਿੱਚੋਂ ਇੱਕ ਹੂਕ ਉੱਠਦੀ ਹੈ, ਉਹ ਕੀ ਹੈ? ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ। ਇਹਨਾਂ ਜਗਤ ਤਮਾਸ਼ਿਆਂ ਨੂੰ ਵੇਖ ਕੇ ਮੇਰਾ ਹਿਰਦਾ ਪ੍ਰੇਮ ਨਾਲ ਭਰ ਜਾਂਦਾ ਹੈ। ਗੁਰੂ ਅਰਜਨ ਦੇਵ ਪਿਤਾ ਜੀ ਆਖਦੇ ਨੇ ਕਿ ਮੈਨੂੰ ਲੱਗਦਾ ਹੈ ਕਿ ਮੇਰਾ ਆਪਣਾ ਆਪਾ ਕੁਝ ਵੀ ਨਹੀਂ, ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ, ਸਾਰਾ ਕੁਛ ਇਹ ਪਿਤਾ ਜੀ ਤੁਹਾਡਾ ਹੈ। ਔਰ ਬਾਕਾਇਦਾ ਕਬੀਰ ਜੀ ਨੇ ਇਸ ਸੰਸਾਰ ਦੇ ਵਿੱਚ ਇਹਨਾਂ ਬਚਨਾਂ ਨੂੰ ਬੜਾ ਬੜਾ ਰੂਪਮਾਨ ਕੀਤਾ ਹੈ। ਕਬੀਰ ਜੀ ਨੇ ਆਖਿਆ, ਕਬੀਰ ਮੇਰਾ ਮੁਝਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾ ਗਿਆ ਮੇਰਾ। ਜਗਤ ਤਮਾਸ਼ਾ ਵੇਖ ਕੇ ਗੁਰੂ ਅਰਜਨ ਦੇਵ ਪਿਤਾ ਜੀ ਬਿਲਾਵਲ ਰਾਗ ਦੇ ਅੰਦਰ ਆਖਦੇ ਨੇ ਕਿ ਮੇਰਾ ਪਰਮਾਤਮਾ ਜਗਤ ਤਮਾਸ਼ਾ ਕਰ ਰਿਹਾ ਹੈ, ਔਰ ਮੈਨੂੰ ਇਸ ਸੰਸਾਰ ਦੇ ਵਿੱਚ ਉਹਦੇ ਉੱਪਰੋਂ ਬਲਿਹਾਰ ਜਾਣਾ ਆ ਗਿਆ ਹੈ, ਕਿਉਂਕਿ ਮੈਂ ਆਪਣਾ ਆਪਾ ਖਤਮ ਕਰ ਲਿਆ। ਮੇਰੇ ਆਪਣੇ ਆਪੇ ਦੇ ਭਾਵ, ਮੇਰੀ ਨਿੱਜ ਮਤ ਖਤਮ ਹੋ ਗਈ। ਕਿਉਂ? ਕੀ ਇਹ ਉਹ ਜਗਤ ਤਮਾਸ਼ਾ ਜਿਸ ਦੇ ਉੱਪਰ ਗੁਰੂ ਅਰਜਨ ਦੇਵ ਪਿਤਾ ਜੀ ਬਲਿਹਾਰ ਗਏ, ਵਾਰੀ ਵਾਰੀ ਗਏ? ਗੁਰੂ ਪਾਤਸ਼ਾਹ ਜੀ ਨੇ ਉਸਨੂੰ ਸਪਸ਼ਟ ਕੀਤਾ। ਸਤਿਗੁਰੂ ਜੀ ਆਖਦੇ ਨੇ, ਮੈਂ ਜਗਤ ਦੇ ਵਿੱਚ ਪਰਮਾਤਮਾ ਦਾ ਤਮਾਸ਼ਾ ਵੇਖਦਾ ਵਾਂ। ਈਗ ਹੈ ਨਿਰਗੁਣ ਊਗ ਹੈ ਸਰਗੁਣ। ਸਤਿਗੁਰੂ ਜੀ ਆਖਦੇ ਨੇ, ਇੱਕ ਪਾਸੇ ਤਾਂ ਮੇਰਾ ਪਰਮਾਤਮਾ ਨਿਰਗੁਣ ਹੈ, ਔਰ ਇੱਕ ਪਾਸੇ ਮੇਰਾ ਪਰਮਾਤਮਾ ਸਰਗੁਣ ਹੈ। ਨਿਰਗੁਣ ਪਰਮਾਤਮਾ ਦੀ ਉਹ ਅਵਸਥਾ ਹੈ ਜਿਸ ਅਵਸਥਾ ਦੇ ਵਿੱਚ ਪਰਮਾਤਮਾ ਤਿੰਨਾਂ ਮਾਇਆ ਦੇ ਗੁਣਾਂ ਤੋਂ ਰਹਿਤ ਹੈ, ਔਰ ਇੱਕ ਪਾਸੇ ਸਰਗੁਣ ਜਿਹੜਾ ਤਿੰਨਾਂ ਹੀ ਮਾਇਆ ਦਾ ਰੂਪ ਹੈ, ਉਹਦੇ ਵਿੱਚ ਪਰਮਾਤਮਾ ਖੁਦ ਪ੍ਰਗਟ ਹੋਇਆ ਹੈ, ਜਿਹਨੂੰ ਅਸੀਂ ਆਮ ਤੌਰ 'ਤੇ ਆਖਦੇ ਹਾਂ ਰਜ ਗੁਣ, ਤਮ ਗੁਣ, ਸਤ ਗੁਣ। ਇਹ ਤੇਰੀ ਸਭ ਮਾਇਆ, ਗੁਰਬਾਣੀ ਦੇ ਮਹਾਨ ਫੁਰਮਾਨ ਨੇ। ਸਤਿਗੁਰੂ ਜੀ ਆਖਦੇ ਨੇ, ਇਹ ਰਾਜਸਵ ਦੇ, ਇਹ ਸਤਵ ਦੇ, ਇਹ ਤਾਮਸ ਦੇ, ਇਹ ਜਿਹੜੀ ਤਾਮਸਿਕ ਬਿਰਤੀ ਦੇ ਗੁਣ ਨੇ, ਸਤਿਗੁਰੂ ਜੀ ਆਖਦੇ ਨੇ, ਇਹ ਜਿਸ ਮੈਂ ਪਰਮਾਤਮਾ ਨਿਰਗੁਣ ਅਵਸਥਾ ਦੇ ਵਿੱਚ ਵਿਚਰਦਾ ਹੈ, ਉਹਨਾਂ ਨੂੰ ਇਹਨਾਂ ਤਿੰਨਾਂ ਗੁਣਾਂ ਦੀ ਕੋਈ ਲੋੜ ਨਹੀਂ ਹੈ। ਨਿਰਗੁਣ ਦੇ ਵਿੱਚ ਉਹ ਸੰਸਾਰ ਦੀ ਕਾਇਨਾਤ ਦੇ ਜ਼ਰੇ ਜ਼ਰੇ ਨੂੰ ਜ਼ਰਖੇਜ਼ ਕਰ ਰਿਹਾ ਹੈ, ਜ਼ਰੇ ਜ਼ਰੇ ਵਿੱਚ ਸਮਾਇਆ ਹੋਇਆ ਹੈ, ਔਰ ਸਰਗੁਣ ਦੇ ਵਿੱਚ ਉਹ ਖਲਕਤ ਬਣ ਕੇ ਸਾਰੇ ਸੰਸਾਰ ਵਿੱਚ ਪ੍ਰਗਟ ਹੋਇਆ ਹੈ। ਇਸ ਕਰਕੇ ਸਤਿਗੁਰੂ ਜੀ ਆਖਦੇ ਨੇ, ਈ ਗਹਿ ਨਿਰਗੁਣ, ਇੱਕ ਪਾਸੇ ਪਰਮਾਤਮਾ ਜਗਤ ਦੇ ਚੋਜ ਕਰਦਿਆਂ ਹੋਇਆ ਨਿਰਗੁਣ ਰੂਪ ਹੋ ਕੇ ਕੁਝ ਵੀ ਨਹੀਂ ਹੈ, ਭਾਵ ਸੰਸਾਰ ਵਿੱਚ ਕਿਤੇ ਨਜ਼ਰ ਹੀ ਨਹੀਂ ਆਉਂਦਾ, ਲੇਕਿਨ ਫਿਰ ਵੀ ਸੰਸਾਰ ਵਿੱਚ ਬੜੀ ਮੁਹੱਬਤ ਨਾਲ ਸਮਾਇਆ ਹੋਇਆ। ਫਿਰ ਸਤਿਗੁਰੂ ਜੀ ਆਖਦੇ ਨੇ, ਊਗ ਹੈ ਨਿਰਗੁਣ, ਊਗ ਹੈ ਸਰਗੁਣ, ਇੱਕ ਪਾਸੇ ਮੈਂ ਵੇਖਦਾ ਪਰਮਾਤਮਾ ਸਰਗੁਣ ਰੂਪ ਹੋ ਗਿਆ, ਔਰ ਉਸਦੀ ਸਰਗੁਣਤਾ ਕੀ ਹੈ? ਉਸਦੀ ਸਰਗੁਣਤਾ ਦਾ ਜ਼ਿਕਰ ਇਹੀ ਹੈ ਜਿਹਨੂੰ ਬਾਬਾ ਫਰੀਦ ਜੀ ਆਖਦੇ ਨੇ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀ ਹੈ ਜਦ ਤਿਸ ਬਿਨ ਕੋਈ ਨਾ ਹੈ। ਬਾਬਾ ਫਰੀਦ ਜੀ ਆਖਦੇ ਨੇ, ਕਿਵੇਂ ਮੰਦਾ ਕਿਹਾ ਜਾਵੇਗਾ ਜਦ ਖੁਦ ਪਰਮਾਤਮਾ ਉਸ ਖਲਕਤ ਵਿੱਚ ਵਸਦਾ ਹੈ,
ਔਰ ਉਸ ਖਲਕਤ ਦੇ ਹਿਰਦੇ ਦੇ ਵਿੱਚ ਪਰਮਾਤਮਾ ਨਿਵਾਸ ਕਰਦਾ ਹੈ। ਇਸ ਕਰਕੇ ਗੁਰੂ ਅਰਜਨ ਦੇਵ ਪਿਤਾ ਜੀ ਬਿਲਾਵਲ ਰਾਗ ਦੇ ਅੰਦਰ ਸਮਝਾਉਣਾ ਚਾਹੁੰਦੇ ਨੇ ਕਿ ਭਾਈ ਉਸ ਪਰਮਾਤਮਾ ਨੂੰ, ਪਰਮਾਤਮਾ ਨੇ ਇਸ ਸੰਸਾਰ ਨੂੰ ਬਣਾਇਆ, ਬਣਾ ਕੇ ਇਹਦੇ ਵਿੱਚ ਉਹ ਖੁਦ ਚੋਜ ਕਰ ਰਿਹਾ ਹੈ, ਮਨੁੱਖ ਦਾ ਫਰਜ਼ ਬਣਦਾ ਹੈ ਉਹਦੀ ਇਬਾਦਤ ਦੇ ਲਈ ਆਪਣਾ ਆਪਾ ਵਾਰ ਦੇਵੇ, ਔਰ ਆਪਣਾ ਆਪਾ ਵਾਰਨ ਦੇ ਲਈ ਮਨੁੱਖ ਨੂੰ ਦੋਵੇਂ ਰੂਪ ਰੱਬ ਦੇ ਸਮਝਣੇ ਪੈਣਗੇ। ਪਰਮਾਤਮਾ ਨਿਰਗੁਣ ਰੂਪ ਦੇ ਵਿੱਚ ਵੀ ਹੈ ਔਰ ਪਰਮਾਤਮਾ ਸਰਗੁਣ ਰੂਪ ਦੇ ਵਿੱਚ ਵੀ ਹੈ। ਸੁਖਮਣੀ ਸਾਹਿਬ ਜੀ ਦੇ ਵਿੱਚ ਗੁਰੂ ਅਰਜਨ ਦੇਵ ਪਿਤਾ ਜੀ ਨੇ ਇਹਨਾਂ ਮਹਾਨ ਬੋਲਾਂ ਨੂੰ ਇੰਝ ਪ੍ਰਗਟ ਕੀਤਾ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਸਰਗੁਣ ਅਤੇ ਨਿਰਗੁਣ ਦੋਵੇਂ ਉਸ ਪਰਮਾਤਮਾ ਦੇ ਪ੍ਰਬਲ ਰੂਪ ਨੇ ਜਿਨ੍ਹਾਂ ਵਿੱਚ ਇਸ ਸੰਸਾਰ ਦੇ ਵਿੱਚ ਉਹ ਵਿਚਰਦਾ ਏ, ਵਰਤਦਾ ਏ, ਵਾਪਰਦਾ ਏ, ਮਨੁੱਖ ਦੇ ਅੰਗ ਸੰਗ ਰਹਿੰਦਾ ਏ, ਮਨੁੱਖ ਦੇ ਅੰਦਰ ਵਸਦਾ ਏ। ਲੇਕਿਨ ਸਤਿਗੁਰੂ ਜੀ ਆਖ ਰਹੇ ਨੇ ਕਿ ਮਨੁੱਖ ਦੇ ਮਨ ਦਾ ਭੁਲੇਖਾ, ਮਨੁੱਖ ਦੇ ਮਨ ਦਾ ਭਰਮ ਕਿ ਉਹ ਆਪਣੇ ਆਪ ਨੂੰ ਰੱਬ ਤੋਂ ਵੱਖਰਾ ਸਮਝਦਾ ਏ। ਲੇਕਿਨ ਪਰਮਾਤਮਾ ਤੋਂ ਬਲਿਹਾਰ ਜਾਵੇ ਜਦੋਂ ਨੂੰ ਇਹ ਪਤਾ ਲੱਗ ਜਾਵੇ ਕਿ ਸੰਸਾਰ ਦੇ ਵਿੱਚ ਬਾਜੀ ਚਾਏ ਅਤਫਾਲ ਇਸ ਸੰਸਾਰ ਨੂੰ ਰੱਬ ਨੇ ਬਣਾਇਆ ਹੈ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਨਿਰਗੁਣ ਅਤੇ ਸਰਗੁਣ ਰੂਪ ਤੋਂ ਅਸੀਂ ਉੱਪਰ ਉੱਠ ਕੇ ਸਤਿਗੁਰੂ ਜੀ ਨੂੰ, ਪਰਮਾਤਮਾ ਨੂੰ ਮਿਲਣ ਦੇ ਲਈ ਯਤਨਵਤ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਬਾਣੀ ਆਈ ਤਿੰਨ ਸਗ